ਸਤਿ ਸ੍ਰੀ ਅਕਾਲ ਜੀ। ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ। ਪਿਆਰੇ ਦਰਸ਼ਕੋ, ਕਾਫੀ ਦਿਨ ਹੋ ਗਏ ਮੈਂ ਇਹ ਅਪੀਲ ਨਹੀਂ ਕੀਤੀ ਕਿ ਜਿਨ੍ਹਾਂ ਦੋਸਤਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਪਲੀਜ਼ ਕਰ ਲਵੋ। ਤੋ ਅੱਜ ਫੇਰ ਕਹਿ ਰਿਹਾ ਕਿ ਜੇ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ। ਗੱਲ ਜਿਹੜੀ ਮੈਂ ਅੱਜ ਦੀ ਵੀਡੀਓ 'ਚ ਕਰਨੀ ਹੈ, ਦੇਖੋ 18ਵੀਂ ਲੋਕ ਸਭਾ ਦੀਆਂ ਚੋਣਾਂ ਜਿਹੜੀਆਂ ਉਹ 4 ਪੜਾਅ ਪੂਰੇ ਉਹਦੇ ਹੋ ਚੁੱਕੇ ਨੇ, 3 ਪੜਾਅ ਬਾਕੀ ਨੇ। ਤੋ ਹੁਣ ਇਹ ਤਿੰਨੇ ਪੜਾਵਾਂ ਦੇ ਵਿੱਚ ਆਪਾਂ ਦੇਖ ਰਹੇ ਹਾਂ ਵੀ ਕਿਸ ਕਿਸਮ ਦੇ ਇਸ਼ੂਜ ਰੈਲੀਆਂ 'ਚ ਰੋਡ ਸ਼ੋਅ 'ਚ ਉੱਠ ਰਹੇ ਨੇ। 10 ਸਾਲ ਤੋਂ ਸੱਤਾ 'ਚ ਨੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ, ਔਰ ਅੱਜ ਵੀ ਉਹ ਜਦੋਂ ਗੱਲ ਕਰਦੇ ਨੇ ਕਾਂਗਰਸ ਦੀ, ਇੰਦਰਾ ਗਾਂਧੀ ਦੀ, ਇੰਦਰਾ ਗਾਂਧੀ ਦੇ ਜ਼ਮਾਨੇ 'ਚ ਇੰਨੀ ਮਹਿੰਗਾਈ ਸੀ, ਨਹਿਰੂ ਦੀ ਗੱਲ ਕਰਦੇ ਨੇ, ਮਤਲਬ ਕਿ ਉਹ ਮੁੱਦਿਆਂ ਦੀ ਗੱਲ ਨਹੀਂ ਕਰਦੇ। ਉਹ ਇਹ ਨਹੀਂ ਗੱਲ ਕਰਦੇ ਕਿ ਪਿਛਲੇ 10 ਸਾਲਾਂ 'ਚ ਮੈਂ ਕਿੰਨੇ ਕਰੋੜ ਨੌਕਰੀਆਂ ਦਿੱਤੀਆਂ। ਮੈਂ 2 ਕਰੋੜ ਨੌਕਰੀਆਂ ਦੀ ਗੱਲ ਕੀਤੀ ਸੀ, ਮੈਂ ਕਿੰਨੇ ਕਰੋੜ ਨੌਕਰੀਆਂ ਹੁਣ ਤੱਕ ਦਿੱਤੀਆਂ ਨੇ, ਕਦੇ ਗੱਲ ਨਹੀਂ ਕਰਦੇ। ਮਹਿੰਗਾਈ ਦੀ ਉਹ ਕਦੇ ਗੱਲ ਨਹੀਂ ਕਰਦੇ। ਉਹ ਮਤਲਬ ਕਿ ਜਿਹੜੇ ਮੁੱਦੇ ਹੋਣੇ ਚਾਹੀਦੇ ਨੇ ਇਲੈਕਸ਼ਨ 'ਚ, ਉਹਨਾਂ ਦੀ ਗੱਲ ਕਰਨ ਦੀ ਬਜਾਏ ਉਹ ਹਰ ਰੋਜ਼ ਨਵੀਆਂ ਗੱਲਾਂ ਕਰਦੇ ਨੇ। ਕਦੇ ਰਾਮ ਮੰਦਿਰ ਨੂੰ ਬਾਬਰੀ ਤਾਲਾ ਲਾ ਦੇਣਗੇ ਲੋਕ, ਕਦੇ ਮੁਸਲਮਾਨਾਂ ਦੀ ਜਿਹੜੀ ਉਹ ਗੱਲ ਕਰਦੇ ਨੇ ਕਿ ਜੀ ਮੁਸਲਮਾਨਾਂ ਨੂੰ ਵੰਡ ਦੇਣਗੇ ਜਾਇਦਾਦ। ਹੁਣ ਦੂਜੇ ਪਾਸੇ ਅੱਜ ਕੱਲ੍ਹ ਇੱਕ ਨਵੀਂ ਗੱਲ ਸ਼ੁਰੂ ਕੀਤੀ ਹੈ, ਕਹਿੰਦੇ ਮੈਂ ਜਿੰਨਾ ਚਿਰ ਹੈਗਾ ਮੈਂ ਰਾਮ ਲੱਲਾ ਨੂੰ ਦੁਬਾਰਾ ਟੈਂਟ 'ਚ ਨਹੀਂ ਜਾਣ ਦੇਣਾ। ਮਤਲਬ ਇਸ ਤਰ੍ਹਾਂ ਦੀ ਗੱਲ ਕਿਸੇ ਨੇ ਨਹੀਂ ਕੀਤੀ। ਤੇ ਫਿਰ ਉਹ ਕਹਿ ਦਿੰਦੇ ਨੇ ਕਿ ਜੀ ਜਿਹੜੀ ਕਾਂਗਰਸ ਪਾਰਟੀ ਦੇ ਚੋਣ ਮਨੋਰਥ ਪੱਤਰ ਦੇ ਵਿੱਚੋਂ ਤਾਂ ਮੁਸਲਿਮ ਲੀਗ ਦੀ ਬੋ ਆਉਂਦੀ ਹੈ। ਹੁਣ ਉਹਨਾਂ ਨੇ ਕਰ ਇਹ ਵੀ ਕਰਤਾ ਸੀ, ਤੁਹਾਨੂੰ ਪਤਾ ਹੀ ਹੈ ਕਿ ਅੰਬਾਨੀ ਤੇ ਅਡਾਨੀ ਦਾ ਕਾਲਾ ਧਨ ਇਹਨਾਂ ਕੋਲ ਪਹੁੰਚ ਗਿਆ ਟੈਂਪੂ ਭਰ ਕੇ। ਪਤਾ ਨਹੀਂ ਅਜੀਬੋ ਗਰੀਬ ਗੱਲਾਂ ਉਹ ਕਰਦੇ ਨੇ। ਹੁਣ ਇੱਕ ਨਵੀਂ ਅਜੀਬੋ ਗਰੀਬ ਗੱਲ ਕੀਤੀ ਕੱਲ੍ਹ, ਉਹ ਕਹਿੰਦੇ ਇੱਕ ਇੰਟਰਵਿਊ, ਵੈਸੇ ਤਾਂ ਉਹ ਇੰਟਰਵਿਊ ਦਿੰਦੇ ਨਹੀਂ, ਪ੍ਰੈਸ ਕਾਨਫਰੰਸ ਕਰਦੇ ਨਹੀਂ, ਲੇਕਿਨ ਅੱਜ ਕੱਲ੍ਹ ਕਰ ਰਹੇ ਨੇ। ਇਹਨਾਂ ਨੂੰ ਸਪੌਂਸਰਡ ਇੰਟਰਵਿਊਜ਼ ਕਹਿੰਦੇ ਆ। ਇਹਨਾਂ ਇੰਟਰਵਿਊਜ਼ ਦੇ ਵਿੱਚ ਕਦੇ ਵੀ ਤੁਸੀਂ ਦੇਖਿਆ ਹੋਊ ਕਿ ਕ੍ਰੋਸ ਕੁਐਸਚਨਿੰਗ ਨਹੀਂ ਹੁੰਦੀ। ਜੋ ਕਿਹਾ ਜਾਂਦਾ ਹੈ ਉਹਨਾਂ ਨੂੰ ਦੇ ਦਿੱਤਾ ਜਾਂਦਾ, ਉਹੀ ਸਵਾਲ ਪੁੱਛਦੇ ਨੇ। ਬੜੀ ਅਜੀਬ ਕਿਸਮ ਦੀ ਜਰਨਲਿਜ਼ਮ ਹੈ। ਇਸ ਜਰਨਲਿਜ਼ਮ ਨੂੰ ਤੁਸੀਂ ਗੋਦੀ ਮੀਡੀਆ ਕਹਿ ਲਓ, ਟੀਰਾ ਮੀਡੀਆ ਕਹਿ ਲਓ, ਜੋ ਮਰਜ਼ੀ ਇਹਦਾ ਨਾਂ ਦੇ ਲਓ, ਲੇਕਿਨ ਇਹ ਜਰਨਲਿਜ਼ਮ ਦੇ ਨਾਂ 'ਤੇ ਧੱਬਾ ਹੈ। ਕਿਉਂਕਿ ਜਿਹੜਾ ਇੱਕ ਪੱਤਰਕਾਰ ਦਾ ਜਾਂ ਪੱਤਰਕਾਰੀ ਦਾ ਜਿਹੜਾ ਰੋਲ ਹੈ ਉਹ ਬਿਲਕੁਲ ਡਿਫਰੈਂਟ ਹੁੰਦਾ ਹੈ। ਉਹ ਸੱਚ ਲੈ ਕੇ ਸਾਹਮਣੇ ਆਉਣਾ ਹੁੰਦਾ ਲੋਕਾਂ ਲਈ, ਮਤਲਬ ਅਨਬਾਇਸਡ, ਓਨੈਸਟ ਐਂਡ ਅਨਬਾਇਸਡ ਜਰਨਲਿਜ਼ਮ ਹੁੰਦਾ ਅਸਲ ਦੇ ਵਿੱਚ, ਸਾਰਥਕ ਪੱਤਰਕਾਰ ਦੇ, ਰਿਸਪੋਂਸੀਬਲ ਜਰਨਲਿਜ਼ਮ। ਤੇ ਅਸੀਂ ਕੀ ਕਰ ਰਹੇ ਹਾਂ, ਐਂਗਲ ਜਰਨਲਿਜ਼ਮ, ਜੈਸਮੈਨ ਜਰਨਲਿਜ਼ਮ, ਐਡਵੋਕੇਸੀ ਜਰਨਲਿਜ਼ਮ, ਅਸੀਂ ਤਾਂ ਇਹ ਕਰਨ ਲੱਗੇ ਹੋਏ ਹਾਂ। ਖੈਰ, ਜਿਹੜੀ ਗੱਲ ਮੈਂ ਕਰ ਰਿਹਾ ਸੀ, ਤਾਂ ਉਹਦੇ ਵਿੱਚ ਹੁਣ ਹੋਇਆ ਕੀ ਹੈ ਕਿ ਅੱਜ ਫਿਰ ਯੂ ਟਰਨ ਲੈ ਲਈ। ਅੱਜ ਉਹ ਕਿਸੇ ਨੇ, ਪੱਤਰਕਾਰ ਨੇ ਪੁੱਛ ਲਿਆ ਕਿ ਤੁਸੀਂ ਕਹਿ ਰਹੇ ਸੀ ਜਿਨ੍ਹਾਂ ਦੇ ਜ਼ਿਆਦਾ ਬੱਚੇ ਹੁੰਦੇ ਨੇ ਉਹ ਮੁਸਲਮਾਨਾਂ ਨੂੰ ਵੰਡਦੇ, ਕਹਿੰਦੇ ਪਹਿਲੀ ਤਾਂ ਗੱਲ ਮੈਂ ਇਹ ਕਿਹਾ ਹੀ ਨਹੀਂ। ਮੈਂ ਇਹ ਕਦੋਂ ਕਿਹਾ ਕਿ ਮੁਸਲਮਾਨਾਂ ਦੇ ਜ਼ਿਆਦਾ ਬੱਚੇ ਹੁੰਦੇ ਨੇ, ਤੁਸੀਂ ਦੇਖ ਲਓ। ਕਹਿੰਦੇ ਮੈਂ ਕਿਹਾ ਸੀ ਮੁਸਲਮਾਨਾਂ ਨੂੰ ਵੰਡ ਦੇਣਗੇ ਜਿਨ੍ਹਾਂ ਦੇ ਜ਼ਿਆਦਾ ਬੱਚੇ ਹੁੰਦੇ ਨੇ। ਜ਼ਿਆਦਾ ਬੱਚੇ ਕਿਸਦੇ ਵੀ ਹੋ ਸਕਦੇ ਨੇ, ਜਿਨੀ ਉਹ ਯੂ ਟਰਨ ਜਾਂ ਰਾਹ ਲੱਭ ਰਹੇ ਨੇ ਪੁਰਾਣੀਆਂ ਗੱਲਾਂ ਤੋਂ ਬਚਣ ਦਾ। ਉਹ ਤਾਂ ਕਹਿੰਦੇ ਮੁਸਲਮਾਨਾਂ ਦੇ, ਸਾਡੇ ਤਾਂ ਜਦੋਂ ਈਦ ਹੁੰਦੀ ਸੀ ਘਰ 'ਚ ਰੋਟੀ ਨਹੀਂ ਪੱਕਦੀ ਸੀ,
ਹੁਣ ਪਤਾ ਨਹੀਂ ਕਿੱਥੋਂ ਉਹਨਾਂ ਨੇ ਵੋਟ ਲੈਣੀ ਹੈ ਜਾਂ ਕਿਉਂ ਯੂ ਟਰਨ ਇਹ ਲੈਣਾ ਪੈ ਰਿਹਾ। ਮੈਂ ਜਿਹੜੀ ਗੱਲ ਕਰ ਰਿਹਾ ਸੀ ਕਿ ਇਹ ਸਾਰੇ ਕੁਝ ਦੇ ਵਿੱਚ ਜਦੋਂ ਕਿ ਸਿਰਫ ਹੁਣ 3 ਪੜਾਅ ਰਹਿ ਗਏ ਚੋਣਾਂ ਦੇ, ਹੁਣ ਕੋਈ ਜਨਤਕ ਬਹਿਸ ਹੋ ਤਾਂ ਸਕਦੀ ਨਹੀਂ, ਲੇਕਿਨ ਅਸੀਂ ਤਾਂ ਗੱਲ ਕਰ ਸਕਦੇ ਹਾਂ ਕਿ ਹੋਣਾ ਚਾਹੀਦਾ। ਮੈਂ ਜਿਸ ਸੰਦਰਭ ਚ ਗੱਲ ਕਰ ਰਿਹਾ, ਪਹਿਲਾਂ ਤਾਂ ਤੁਹਾਨੂੰ ਯਾਦ ਕਰਾ ਦਾ ਕਿ 2 ਜੱਜ ਸਾਹਿਬਾਨ, ਇੱਕ ਤਾਂ ਸੁਪਰੀਮ ਕੋਰਟ ਦਾ ਜੱਜ ਸੇਵਾ ਮੁਕਤ ਮਦਨ ਬੀ ਲੋਕਰ ਤੇ ਦੂਜਾ ਦਿੱਲੀ ਹਾਈ ਕੋਰਟ ਦਾ ਚੀਫ ਜਸਟਿਸ ਏਪੀ ਸਾਹ ਤੇ ਤੀਜਾ ਵੱਡਾ ਪੱਤਰਕਾਰ, ਸੰਪਾਦਕ, ਚੀਫ ਐਡੀਟਰ ਹਿੰਦੂ ਅਖਬਾਰ ਦਾ ਐਨ ਰਾਮ, ਉਹਨਾਂ ਨੇ ਲਿਖੀ ਸੀ ਚਿੱਠੀ। ਤੇ ਚਿੱਠੀ ਦੇ ਵਿੱਚ ਉਹਨਾਂ ਨੇ ਬੜਾ ਸਪਸ਼ਟ ਕੀਤਾ ਸੀ ਕਿ ਅਸੀਂ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹਾਂ, ਤੇ ਜਿਹੜਾ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਆ ਉਹ ਤੇ ਸਾਰੀ ਦੁਨੀਆ ਦੀ ਨਿਗਾਹ ਲੱਗੀ ਹੋਈ ਹੈ, ਦੁਨੀਆ ਦੇਖ ਰਹੀ ਹੈ ਵੀ ਅਸੀਂ ਕੀ ਕਰ ਰਹੇ ਹਾਂ, ਸਾਡੇ ਮਸਲੇ ਕੀ ਨੇ, ਤੇ ਅਸੀਂ ਰੈਲੀਆਂ ਚ ਕਹਿ ਕੀ ਰਹੇ ਹਾਂ, ਤੇ ਭਾਜਪਾ ਤੇ ਕਾਂਗਰਸ ਸੰਵਿਧਾਨ ਦੀ ਗੱਲ ਕਰ ਰਹੀਆਂ ਨੇ, ਇੱਕ ਕਹਿੰਦਾ ਸੀ ਅਸੀਂ ਸੰਵਿਧਾਨ ਨੂੰ ਬਚਾਉਣਾ, ਦੂਜਾ ਕਹਿੰਦਾ ਇਹ ਜਿਹੜੇ ਨੇ ਬਿਲਕੁਲ ਝੂਠ ਬੋਲ ਰਹੇ ਨੇ, ਇੱਕ ਕਹਿੰਦਾ ਇਹ ਤਾਨਾਸ਼ਾਹੀ ਵੱਲ ਨੂੰ ਵੱਧ ਰਹੇ ਨੇ, ਦੂਜਾ ਕਹਿੰਦਾ ਨਹੀਂ ਅਸੀਂ ਨਹੀਂ ਵੱਧ ਰਹੇ, ਇੱਕ ਕਹਿੰਦਾ ਆਰਟੀਕਲ 370 ਅਸੀਂ ਇਹ ਦੁਬਾਰਾ ਖਤਮ ਕਰ ਦੇਣਗੇ, CAA ਦੁਬਾਰਾ ਖਤਮ ਕਰ ਦੇਣਗੇ, ਮੰਦਿਰ ਤੇ ਜਾ ਦੁਬਾਰਾ ਤਾਲਾ ਲਾ ਦੇਣਗੇ, ਇਹ ਵਿਰਾਸਤੀ ਟੈਕਸ ਲਾ ਦੇਣਗੇ, ਇਹ ਜਾਇਦਾਦ ਦੇ ਬਟਵਾਰੇ ਜਿਹੜੇ ਨੇ ਉਹਨਾਂ ਦੇ ਮਾਮਲੇ ਚ ਟੈਕਸ ਲਾ ਕੇ 45%, ਜੋ ਸੈਮ ਪਿਤਰੋਦਾ ਨੇ ਗੱਲ ਕੀਤੀ ਹੈ, ਇਸ ਤਰ੍ਹਾਂ ਦੀਆਂ ਗੱਲਾਂ ਕਾਂਗਰਸ ਲਗਾਤਾਰ ਕਹਿ ਰਹੀ ਹੈ ਕਿ ਚੋਣ ਚੰਦੇ ਦੇ ਲਈ ਇਹਨਾਂ ਨੇ ਇਹੋ ਜਿਹਾ ਧੰਦਾ ਬਣਾਇਆ, ਜਿਨ੍ਹਾਂ ਨੂੰ ਇਹਨਾਂ ਨੇ ED ਭੇਜੀ, ਫਿਰ ਉਹਨਾਂ ਨੇ ਚੋਣ ਚੰਦਾ ਦਿੱਤਾ, ਇਹਨਾਂ ਨੇ ਉਹਨੂੰ ਦਿੱਤੇ ਠੇਕੇ, ਉਹ ਸੰਵਿਧਾਨ ਬਚਾਉਣ ਦੀਆਂ ਗੱਲਾਂ ਕਰ ਰਹੇ ਨੇ, ਚੀਨ ਤੇ ਜਿਹਨੇ ਕਬਜ਼ਾ ਕੀਤਾ ਹੋਇਆ ਜਿਹਦੇ ਬਾਰੇ ਮੋਦੀ ਸਾਹਿਬ ਕਹਿੰਦੇ ਨੇ ਕਿੰਚ ਵੀ ਨਹੀਂ ਕਬਜ਼ਾ ਕੀਤਾ, ਉਹ ਲੈ ਕੇ ਆ ਰਹੇ ਨੇ, ਹੁਣ ਇਹ ਚਿੱਠੀ ਕੀ ਕਹਿੰਦੀ ਹੈ ਕਿ ਇਹ ਸਾਰਾ ਕੁਛ ਅਸੀਂ ਦੇਖ ਰਹੇ ਹਾਂ, ਪਰ ਕਿਉਂ ਨਹੀਂ ਅਸੀਂ ਲੋਕਾਂ ਦੇ ਸਾਹਮਣੇ ਸੱਚ ਦੱਸਦੇ? ਚੋਣ ਰੈਲੀਆਂ 'ਚ ਤੁਸੀਂ ਬੋਲੀ ਜਾਂਦੇ ਹੋ, ਤੁਸੀਂ ਇੱਕ ਬਹਿਸ ਕਰੋ, ਜਨਤਕ ਬਹਿਸ ਕਰੋ, ਕਿਸੇ TV ਤੇ ਆ ਜਾਓ, ਉੱਥੇ ਜਾ ਕੇ ਬਹਿਸ ਕਰੋ, ਸਾਰੇ TV ਕਵਰ ਕਰਨ, ਲੋਕ ਦੇਖਣ, ਜਵਾਬ ਦਿਓ ਤੁਸੀਂ ਇੱਕ ਦੂਜੇ ਦੇ ਸਵਾਲਾਂ ਦੇ। ਤੇ ਇੱਥੇ ਮੈਂ ਤੁਹਾਨੂੰ ਦੱਸਾਂ ਕਿ ਰਾਹੁਲ ਗਾਂਧੀ ਜਿਹੜਾ ਉਹ ਬਿਲਕੁਲ ਤਿਆਰ ਹੈ। ਰਾਹੁਲ ਗਾਂਧੀ ਨੇ ਕਿਹਾ, ਉਹਨਾਂ ਨੇ ਤਾਂ ਇਨਵੀਟੇਸ਼ਨ ਵੀ ਭੇਜਤਾ ਵੀ ਆ ਜਾਓ। ਰਾਹੁਲ ਗਾਂਧੀ ਕਹਿੰਦਾ ਮੈਨੂੰ ਪਤਾ ਹੈ ਇਹਨਾਂ ਨੇ ਆਉਣਾ ਨਹੀਂ, ਇਹ ਸਿਰਫ ਮਨ ਕੀ ਬਾਤ ਕਰਦੇ ਨੇ, ਤੇ ਕਹਿੰਦੇ ਮੈਂ ਤਿਆਰ ਬੈਠਾ, ਮੇਰੇ ਨਾਲ ਕਰਨ, ਖੜਗੇ ਸਾਹਿਬ ਨਾਲ ਕਰਨ, ਮਲਕਾਰਜੁਨ ਖੜਗੇ ਜਿਹੜੇ ਕਾਂਗਰਸ ਦੇ ਪ੍ਰਧਾਨ ਨੇ, ਉਹ ਤਾਂ ਪਹਿਲਾਂ ਵੀ ਕਈ ਵਾਰੀ ਕਹਿ ਚੁੱਕੇ ਨੇ, ਉਹ ਤਾਂ ਇਹ ਕਹਿੰਦੇ ਨੇ ਕਿ ਤੁਸੀਂ ਕਹਿੰਦੇ ਹੋ ਕਿ ਸਾਡੇ ਸਭ ਜਿਹੜੇ ਚੋਣ ਮਨੋਰਥ ਪੱਤਰ ਦੇ ਵਿੱਚੋਂ ਮੁਸਲਿਮ ਲੀਗ ਦੀ ਬੂਹ ਆਉਂਦੀ ਹੈ, ਤੁਸੀਂ ਸਾਡਾ ਚੋਣ ਮਨੋਰਥ ਪੱਤਰ ਤੇ ਬਹਿਸ ਕਰੋ, ਦੱਸੋ ਕਿੱਥੋਂ ਤੁਹਾਨੂੰ ਬੂਹ ਆਉਂਦੀ ਹੈ, ਐ ਨਾ ਗੁੰਮਰਾਹ ਕਰੋ ਲੋਕਾਂ ਨੂੰ, ਇਹ ਉਹਨਾਂ ਨੇ ਕਿਹਾ। ਤੇ ਰਾਹੁਲ ਗਾਂਧੀ ਕਹਿੰਦੇ ਚਾਹੇ ਮੇਰੇ ਨਾਲ ਬਹਿਸ ਕਰ ਲਓ, ਚਾਹੇ ਮਲਕਾਰਜੁਨ ਖੜਗੇ ਨਾਲ ਕਰ ਲਓ, ਮੋਦੀ ਸਾਹਿਬ ਨਹੀਂ ਕਰਨਗੇ, ਬਹਿਸ ਲਈ ਸਮਾਂ ਵੀ ਮੰਗ ਲਿਆ। ਹੁਣ ਗੱਲ ਇਹ ਹੈ, ਮੈਂ ਦੇਖਿਆ, ਮੈਂ ਸੁਣਿਆ, ਅਮਰੀਕਾ ਦੇ ਵਿੱਚ ਦੋਨੇ ਜਿਹੜਾ ਪ੍ਰੈਜੀਡੈਂਟ ਦੀ ਇਲੈਕਸ਼ਨ ਲੜਦੇ ਨੇ, ਭਾਵੇਂ ਉੱਥੇ ਪ੍ਰੈਜੀਡੈਂਸ਼ੀਅਲ ਫਾਰਮ ਆਫ ਗਵਰਨਮੈਂਟ ਹੈ, ਪਰ ਬਹਿਸ ਤਾਂ ਹੋ ਸਕਦੀ ਹੈ, ਉੱਥੇ ਲੋਕਾਂ ਦਾ ਇੰਟਰਸਟ ਹੁੰਦਾ। ਕੈਨੇਡਾ 'ਚ ਲੋਕ ਦੇਖਦੇ ਨੇ, ਫਿਰ ਦੇਖਦੇ ਨੇ ਕਿਹਨੇ ਕਿਹਨੂੰ ਬਹਿਸ ਦੇ ਵਿੱਚ ਚਿੱਤ ਕੀਤਾ, ਹਰਾਇਆ। ਇਹ ਤਾਂ ਕੋਈ ਨਵੀਂ ਗੱਲ ਨਹੀਂ, ਇਹ ਤਾਂ ਸਾਡੀ ਪਰੰਪਰਾ ਵੀ ਇਹ ਕਹਿੰਦੀ ਹੈ, ਦੇਸ਼ ਦੀ ਪਰੰਪਰਾ ਦੇ ਵਿੱਚ ਵੀ ਸੰਵਾਦ ਪਿਆ,
ਸ਼ੁਰੂ ਦੇ ਵਿੱਚ ਆਪਾਂ ਦੇਖੋ, ਬਾਬਾ ਨਾਨਕ ਦਾ ਦੇਖ ਲਓ, ਬਾਬਾ ਨਾਨਕ ਦਾ ਸਾਨੂੰ, ਅਸੀਂ ਇਕੱਲੀ ਲੰਗਰ ਹੀ ਲਾਈ ਜਾਂਦੇ, ਅਸੀਂ ਸੰਵਾਦ ਵੱਲ ਨੂੰ ਗਏ ਨੀ। ਬਾਬਾ ਨਾਨਕ ਤਾਂ ਕਹਿੰਦੇ ਜਬ ਲਗ ਦੁਨੀਆ ਰਹੀਏ, ਨਾਨਕ ਕਿਸ ਸੁਣੀਏ ਕਿਸ ਕਹੀਏ, ਤੇ ਅਸੀਂ ਤਾਂ ਕੁਛ ਸੁਣਦੇ ਕਹਿਣ ਦੀ ਗੱਲ ਕਰਨੀ ਹੈ, ਸੰਵਾਦ ਕਰਨਾ, ਡਾਇਲੋਗ ਕਰਨਾ, ਤੇ ਲੋਕਾਂ ਨੇ ਉਹਦੇ ਚ ਨਿਰਣਾ ਕਰਨਾ ਹੁੰਦਾ। ਇਹ ਮੈਂ ਸਮਝਦਾ ਜਿਹੜੀ ਚਿੱਠੀ ਹੈ, ਜਿਹੜੀ ਲਿਖੀ ਹੈ, ਇਹ ਭਾਵੇਂ ਕਿ ਹੁਣ ਸ਼ਾਇਦ ਪਾਸੇ ਵੱਲ ਨਹੀਂ, ਪਰ ਚੋਣਾਂ ਤਾਂ ਹੁੰਦੀਆਂ ਰਹਿੰਦੀਆਂ ਨੇ, ਸਾਨੂੰ ਉਸ ਪਾਸੇ ਨੂੰ ਵਧਣ ਦੀ ਲੋੜ ਹੈ, ਲੋਕਤੰਤਰ ਨੂੰ ਮਜ਼ਬੂਤ ਕਰਨ ਦੀ ਲੋੜ ਹੈ, ਸਾਨੂੰ ਲੋੜ ਹੈ ਕਿ ਅਸੀਂ ਦੋ ਤਿੰਨ ਗੱਲਾਂ ਜ਼ਰੂਰ ਕਰੀਏ ਤੇ ਸੋਚੀਏ। ਇੱਕ ਤਾਂ ਜਿਹੜਾ ਚੋਣ ਮਨੋਰਥ ਪੱਤਰ ਹੈ ਉਹ ਜ਼ਰੂਰ ਉਹਦਾ ਲੀਗਲ ਹੋਣਾ ਚਾਹੀਦਾ, ਨਹੀਂ ਤਾਂ ਠੱਗੀ ਵੱਜ ਰਹੀ ਹੈ ਸਾਡੇ ਨਾਲ। ਸਾਡੇ ਨਾਲ ਵੋਟਾਂ ਲੈਣ ਵੇਲੇ ਤਾਂ ਕਹਿ ਦੇਣਗੇ ਕਿ ਭੈਣਾਂ ਨੂੰ ਜਿਹੜੀ ਵੀ 18 ਸਾਲ ਦੀ ਹੋ ਜੂ ਉਹਨੂੰ 1000 ਰੁਪਇਆ ਦੇਵਾਂਗੇ, ਭਾਵੇਂ ਕਿ ਦੱਸਦੇ ਨੀ ਕਿੱਥੋਂ ਦੇਵਾਂਗੇ, ਦੇਵਾਂਗੇ ਜੀ ਅਸੀਂ ਵੋਟਾਂ ਲੈ ਲਈਆਂ, ਤੇ ਕਹਿੰਦੇ ਜੀ ਦੇਵਾਂਗੇ ਜ਼ਰੂਰ, ਹਾਲੇ ਵੀ ਕਹੀ ਜਾਂਦੇ ਦੇਵਾਂਗੇ। 2 ਕਰੋੜ ਨੌਕਰੀਆਂ ਦੇਵਾਂਗੇ ਜੀ, 5 ਸਾਲ ਹੋ ਗਏ ਰਾਜ ਕਰਦੇ ਨੂੰ, ਗੱਲ ਵੀ ਨਹੀਂ ਕਰਦੇ ਨੌਕਰੀਆਂ ਦੀ। ਮਤਲਬ ਕਿ ਜੋ ਕੁਛ ਕਿਹਾ ਜਾਂਦਾ ਉਹ ਨਹੀਂ ਕੀਤਾ ਜਾਂਦਾ, ਉਹਦੀ ਇੱਕ ਲੀਗਲ ਕੋਈ ਨਾ ਕੋਈ ਕਾਨੂੰਨੀ ਰੂਪ ਦੇ ਵਿੱਚ ਕਿ ਜਿਹੜੀ ਤੁਸੀਂ ਠੱਗੀ ਮਾਰਨੀ ਹੈ, ਉਹ ਜਿਹੜੀ ਗਰੰਟੀ ਦੇਣੀ ਹੈ, ਉਹ ਗਰੰਟੀ ਪੂਰੀ ਕਰਨ ਦੀ ਮੋਦੀ ਕੀ ਗਰੰਟੀ ਦਿੱਤਾ ਹੈ ਕਿ ਮੋਦੀ ਗਰੰਟੀ ਪੂਰੀ ਕਰੇਗਾ? ਮੋਦੀ ਦੀ ਗਰੰਟੀ ਨੂੰ ਕੌਣ ਪੂਰਾ ਕਰੂਗਾ? 2 ਕਰੋੜ ਨੌਕਰੀਆਂ ਦੀ ਗੱਲ ਕੌਣ ਕਰੂਗਾ? ਤੋ ਇਹ ਲੀਗਲ ਕੋਈ ਨਾ ਕੋਈ ਹੋਣਾ ਚਾਹੀਦਾ, ਨੰਬਰ 1। ਇੱਕ ਇਹ, ਦੂਜਾ ਜਿਹੜੀ ਗੱਲ ਇਹ ਹੈ ਕਿ ਹਰ ਵੱਡੀ ਪਾਰਟੀ, ਹਰ ਪਾਰਟੀ ਜਿਹੜੀ ਰਾਜ ਕਰ ਰਹੀ ਨੈਸ਼ਨਲ ਪਾਰਟੀ, ਉਹ ਬਹਿਸ ਕਰਨ ਲੋਕਾਂ ਦੇ ਸਾਹਮਣੇ ਜਨਤਕ ਤੌਰ ਤੇ, ਲੋਕ ਨਿਰਣਾ ਕਰਨ ਕਿ ਅਸੀਂ ਕਿਹਨੂੰ ਵੋਟ ਪਾਉਣੀ ਹੈ। ਇਸ ਤਰ੍ਹਾਂ ਦੀ ਗੱਲ ਜੇ ਲੋਕਤੰਤਰ ਨੂੰ ਮਜ਼ਬੂਤ ਕਰਨਾ, ਇਸ ਪਾਸੇ ਸਾਨੂੰ ਵਧਣ ਦੀ ਲੋੜ ਹੈ। ਅੱਜ ਇੰਨਾ ਹੀ, ਮਿਲਦੇ ਇੱਕ ਨਵੀਂ ਵੀਡੀਓ ਦੇ ਨਾਲ। ਤੁਹਾਡਾ ਬਹੁਤ ਬਹੁਤ ਸ਼ੁਕਰੀਆ।